ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਇੰਡੀਆ ਨਿਊਜ਼ ਪੰਜਾਬ ਨੇ ਖਾਸ ਗੱਲਬਾਤ ਕੀਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਆਗੂਆਂ ਨੂੰ ਕੱਢੇ ਜਾਣ ਦੇ ਫੈਸਲੇ ਗੈਰ ਸੰਵਿਧਾਨਿਕ ਹੈ। ਸੋ ਉਹਨਾਂ ਕਿਹਾ ਹੈ ਕਿ ਉਹ ਇਸ ਫੈਸਲੇ ਰੱਦ ਕਰਦੇ ਹਨ ਅਤੇ ਅਨੁਸ਼ਾਸਨੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇਗੀ। ਸੋ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਨਿਸ਼ਾਨਾ ਸਾਧਿਆ, ਉਹਨਾਂ ਦੀ ਕਾਰਜਸ਼ੈਲੀ ਤੇ ਵੀ ਕਈ ਸਵਾਲ ਚੁੱਕੇ ਹਨ। ਸਿੰਘ ਢੀਂਡਸਾ ਸਾਡੇ ਨਾਲ ਨੇ। ਢੀਂਡਸਾ ਸਾਹਿਬ, ਫੈਸਲਾ ਜਿਹੜਾ ਹੈਗਾ ਅਨੁਸ਼ਾਸਨ ਕਮੇਟੀ ਨੇ ਕੀਤਾ ਸੀ, ਉਸ ਨੂੰ ਰੱਦ ਕੀਤਾ ਗਿਆ? ਹਾਂ, ਉਹਨੂੰ ਰੱਦ ਕੀਤਾ ਕਿਉਂਕਿ ਉਹ ਗਲਤ ਸੀ, ਅਨਕੰਸਟੀਟਿਊਸ਼ਨਲ ਸੀ। ਤੁਸੀਂ ਕਿਹਾ ਕਿ ਇਜਲਾਸ ਵੀ ਬੁਲਾਇਆ ਜਾਵੇਗਾ, ਨਵੀਂ ਅਨੁਸ਼ਾਸਨ ਕਮੇਟੀ ਬਣਾਈ, ਨਵੀਂ ਇਜਲਾਸ ਬਣਾ ਕੇ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਸਰ, ਸੁਖਬੀਰ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ, ਉਹਦੇ ਵਿੱਚ ਕਿੱਥੇ ਤੁਹਾਨੂੰ ਕਮੀ ਲੱਗਦੀ ਹੈ ਕਿ ਪਾਰਟੀ ਹੋਰ ਕਮੀ ਕੀ ਹੁੰਦੀ ਹੈ? 15 ਜਿੱਤੇ, ਉਹ ਅਪੋਜੀਸ਼ਨ ਵੀ ਨਹੀਂ, ਅਸੀਂ ਅਪੋਜੀਸ਼ਨ ਦਾ ਲੀਡਰ ਵੀ, ਅੱਜ ਤੱਕ ਪਹਿਲੀ ਵਾਰੀ ਹੋਇਆ ਕਿ ਅਪੋਜੀਸ਼ਨ ਦਾ ਲੀਡਰ ਵੀ ਸਾਡਾ ਨਹੀਂ ਬਣਿਆ। ਹੁਣ 3-15 ਤੋਂ ਵੀ ਰਹਿ ਗਏ, 3 ਰਹਿ ਗਏ, ਹੁਣ ਆਇਆ, ਹੁਣ ਉਹ ਵੀ ਉਦੋਂ ਵੀ ਬੁਰਾ ਹਾਲ ਹੋਏਗਾ। ਨਵੀਂ ਅਸੈਂਬਲੀ ਆ ਗਈ, ਜਿਹੜੇ ਨੇਤਾ ਕੱਢੇ, ਉਹ ਫੈਸਲਾ ਵੀ ਤੁਸੀਂ ਅਸੰਵਿਧਾਨਿਕ ਕਰਾਰ ਦਿੱਤਾ? ਬਿਲਕੁਲ ਬਿਲਕੁਲ, ਉਹਨੂੰ ਫੈਸਲਾ। ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਉਸ ਨੂੰ ਰੱਦ ਕੀਤਾ ਜਾਂਦਾ ਹੈ ਤੇ ਨਵੀਂ ਅਨੁਸ਼ਾਸਨ ਕਮੇਟੀ ਜਿਹੜੀ ਹੈਗੀ ਹੈ ਉਹ ਗਠਿਤ ਕੀਤੀ ਜਾਵੇਗੀ ਤੇ ਨਾਲ ਹੀ ਇਜਲਾਸ ਜਿਹੜਾ ਹੈਗਾ ਉਹ ਬੁਲਾਇਆ ਜਾਵੇਗਾ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ, ਇੰਡੀਆ ਨਿਊਜ਼, ਚੰਡੀਗੜ੍ਹ।